हाँ जी दोस्तों, सारे वीरां नूं प्यार भरी सत श्री अकाल। बई अज ना अपां जिथे इकट्ठे होए आ, अपना बई आ पम्मा मान धनौले वाला, जिन्ना रात धनौले वाले बाईपास कोले उत्थे माना दे घर ने गए, ते बई होरां ने अज हना उन्हां दे बेटे दी कनेडा दे विच पी आर होण दी खुशी दे विच सारे यार मित्रां वल्लों पार्टी कीती है। ते आपां बई नूं मिलदे आ, बई नाल करदे आ गल्लबात। किधर नूं खड़ा बई अपना? ਹੋਰ ਬਾਈ ਕੀ ਹਾਲ ਨੇ? ਠੀਕ ਠਾਕ ਜੀ, ਵਧੀਆ ਜੀ। ਵਧੀਆ ਚੜ੍ਹਦੀ ਕਲਾ? ਹਾਂਜੀ। ਹਾਂ ਬਾਈ, ਅੱਜ ਕਿੰਨੀ ਖੁਸ਼ੀ ਆ ਪਹਿਲਾਂ ਇਹ ਦੱਸ। ਦੱਸੀ ਨਹੀਂ ਜਾਂਦੀ ਜੀ। ਦੱਸੀ ਨਹੀਂ ਜਾਂਦੀ? ਠੀਕ ਹੈ। ਤੇ ਇੱਧਰ ਬਾਈ ਆਪਣਾ ਖੜਾ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਵੀ ਬਾਈ ਦਾ ਆਪਣਾ ਪੇਜ ਵੀ ਇੱਕ ਦੀਪ ਧਨੌਲਿਆਲ ਦੇ ਨਾਂ ਤੇ। ਹੋਰ ਬਾਈ ਦੀਪ ਕੀ ਹਾਲ ਨੇ? ਵਧੀਆ ਵਧੀਆ ਬਾਈ, ਬਹੁਤ ਵਧੀਆ ਬਾਈ। ਤੇ ਤੂੰ ਬਾਈ ਆਪਣੇ ਵੱਲੋਂ ਬੋਲ ਕੀ ਬੋਲਣਾ ਚਾਹੁੰਦਾ? ਆਪਣਾ ਯਾਰ ਦੋਸਤ ਦਾ ਮੁੰਡਾ, ਸਾਨੂੰ ਬਹੁਤ ਖੁਸ਼ੀ ਹੈ ਵੀ ਸਾਡੇ ਨਾਲ ਦਾ ਯਾਰ ਦੋਸਤ ਤਰੱਕੀ ਕਰ ਰਹੇ ਨੇ। ਠੀਕ ਹੈ, ਸਾਨੂੰ ਖੁਸ਼ੀ ਆ ਵੀ ਅਸੀਂ ਕੇਕ ਕੱਟਿਆ, ਪਾਰਟੀ ਮਨਾਈ ਆ, ਬਾਈ ਨੂੰ ਕਿਹਾ ਤੇ ਬਾਈ ਡੈਡੀ ਨਾਲ ਵੀ ਲਿਆ ਜਾ, ਦੋਨਾਂ ਨਾਲ ਲਿਆ ਸੀ, ਉਹਨਾਂ ਨੂੰ ਕਹੀ ਪਾਰਟੀ ਕਰਨ ਅੱਜ। ਅੱਜ ਅਸੀਂ ਰਜਵਾੜਾ ਢਾਬਾ ਤੇ ਬਾਈ ਪਾਰਟੀ ਕਰ ਰਹੇ ਹਾਂ। ਨਹੀਂ ਨਹੀਂ, ਬਹੁਤ ਵਧੀਆ ਬਾਈ ਗੱਲ ਆ ਹਨਾ। ਬਾਈ ਹੋਰਾਂ ਦੇ ਪੂਰੇ ਫੁੱਲ ਪਰਿਵਾਰ ਵੱਲੋਂ ਅੱਜ ਆਪਣੇ ਰਜਵਾੜੇ ਢਾਬੇ ਤੇ ਪਾਰਟੀ ਕੀਤੀ ਜਾ ਰਹੀ ਹੈ। ਜਿਵੇਂ ਮੈਂ ਪਹਿਲਾਂ ਵੀ ਕਈ ਵਾਰ ਕਹਿਣਾ ਹੁੰਦਾ ਹਨਾ, ਕਿੱਥੋਂ ਬਣਨੇ ਸੀ ਰੰਗਲੇ ਚਵਾਰੇ, ਜੇ ਸਾਂਭ ਲੈਣਾ ਬਲੈਤ ਜੇ ਪੰਜਾਬ ਨੂੰ। ਚਲੋ ਬਾਈ, ਕੱਟੋ ਕੇਕ ਆ ਜਾਓ। ਚਲਾਓ ਚਲਾਓ ਚਲਾਓ, ਕੋਈ ਗੱਲ ਨੀ ਕੋਈ ਗੱਲ ਨੀ ਬਾਈ, ਤੁਹਾਨੂੰ ਪਤਾ ਹੈ ਨਾ ਆਪਣੇ ਪਿੰਡਾਂ ਨਾਲ ਰਿਲੇਟਡ ਆਪਣੇ ਪਰਿਵਾਰ ਨੇਗੇ। ਚਲਾ ਦੇ ਚਲਾ ਦੇ ਚਲਾ ਦੇ, ਕੋਈ ਗੱਲ ਨੀ। ਬਾਈ ਇੱਥੇ ਨਾ ਅੱਜ ਬਾਈ ਹੋਰਾਂ ਨੇ ਪਾਰਟੀ ਕਰੀ ਆ, ਇਹਨਾਂ ਦੇ ਕੋਠੇ ਵੱਜਦੇ ਨੇ ਧਨੌਲੇ, ਅਕਾਲਗੜ੍ਹ ਕੋਠੇ ਵੱਜਦੇ ਵੱਜਦੇ ਬਾਈ ਹਨਾ, ਅਕਾਲਗੜ੍ਹ ਕੋਠੇ ਵੱਜਦੇ ਧਨੌਲੇ ਵਾਲੇ, ਜਿੱਥੇ ਤੇ ਇੱਧਰ ਨਾ ਮੈਂ ਤੁਹਾਡੀ ਇੱਕ ਬਾਈ ਨਾਲ ਗੱਲ ਕਰਾਉਣਾ, ਤੇ ਜਿਹੜਾ ਬਾਈ ਆ ਭੂਰਾ ਤੇ ਹੈਗਾ ਸਾਡੇ ਪਿੰਡ ਦਾ ਪ੍ਰਾਹੁਣਾ। ਬਾਈ ਤੁਸੀਂ ਵੀ ਦੱਸੋ ਆਪਣੇ ਵਿਚਾਰ ਦਿਓ ਦੋ ਚਾਰ। ਬਹੁਤ ਵਧੀਆ ਲੱਗਿਆ ਬਾਈ, ਇਹੋ ਜਿਹੇ ਦਿਨ ਆਉਂਦੇ ਰਹਿਣਾ, ਅਸੀਂ ਪਾਰਟੀਆਂ ਲੈਂਦੇ ਰਹੀਏ ਬਾਈਆਂ ਤੋਂ, ਕੋਈ ਗੱਲ ਨਹੀਂ, ਖੁਸ਼ੀਆਂ ਆਉਂਦੀਆਂ ਰਹਿਣਾ। ਇਹ ਬੁੱਧਵਾਰ ਆਏ ਤੇ ਅਸੀਂ ਪਾਰਟੀ ਕਰੀ ਆ ਪੰਮੇ ਮਾਨ ਤੋਂ, ਉਦੋਂ ਬਾਅਦ ਫਿਰ ਇੱਕ ਬੁੱਧਵਾਰ ਨੂੰ ਫਿਰ ਪਾਰਟੀ ਆ ਪੰਮੇ ਗਰੇਵਾਲ ਕਹਿਣੀ ਆ ਬਾਈ। ਠੀਕ ਹੈ, ਅਸੀਂ ਤਾਂ ਇਹ ਦਿਨ ਆਉਂਦੇ ਰਹਿਣਾ, ਠੀਕ ਹੈ ਵੀ ਇਹੋ ਜਿਹੇ ਦਿਨ ਆਉਂਦੇ ਰਹਿਣਾ ਤੇ ਪਾਰਟੀਆਂ ਹੁੰਦੀਆਂ ਰਹਿਣਾ। ਆਪਣੇ ਨਾ ਜਿਨ੍ਹਾਂ ਦੀ ਇਹ ਅੱਜ ਮੰਨ ਕੇ ਚੱਲੋ ਵੀ ਜਿਹੜੇ ਬੱਚੇ ਦੀ ਪੀ ਆਰ ਹੋਣ ਦੀ ਖੁਸ਼ੀ ਦੇ ਵਿੱਚ ਹੈ, ਉਹਦਾ ਦਾਦਾ ਸੀਗਾ ਸੰਤੋਖ ਸਿੰਘ ਮਾਨ ਤੇ ਉਹਨਾਂ ਦਾ ਪੋਤਾ ਜੀ ਇਹ। ਚਲੋ ਬਾਈ, ਪੜਦਾਦਾ ਤੇ ਬਾਈ ਤੁਸੀਂ ਆਪਦੇ ਆਪ ਹੀ ਦੱਸੋ ਨਾ, ਮੈਂ ਥੋੜਾ ਭੁੱਲ ਜਾਂਦਾ। ਜਿਹੜਾ ਇਹ ਆਪਣਾ ਬੱਚਾ ਅੱਜ ਹੈ ਨਾ, ਉਹਦੇ ਡੈਡੀ ਦਾ ਨਾਂ ਕੀ ਨਾਂ? ਗੁਰਜੀਤ ਸਿੰਘ ਪੰਮਾ ਮਾਨ ਜੀ। ਗੁਰਜੀਤ ਸਿੰਘ ਪੰਮਾ ਮਾਨ, ਜਿਹੜਾ ਬਾਈ ਆਪਣੇ ਸਾਹਮਣੇ ਖੜਾ ਹੈ, ਤੇ ਆਹ ਬਾਈ ਇੱਧਰ ਉਹਦਾ ਚਾਚਾ ਹੈ। ਹਾਂਜੀ ਬਾਈ, ਤੇਰਾ ਕੀ ਨਾਂ ਗਾ? ਜਗਦੇਵ ਸਿੰਘ ਜੀ। ਜਗਦੇਵ ਸਿੰਘ, ਤੇ ਇੱਧਰ ਬਾਈ ਖੜਾ ਰੋਡਾ ਕਰਮਜੀਤ। ਪਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵੀ ਬਾਈ ਨਾ ਪੂਰੇ ਧਨੌਲੇ ਦੇ ਵਿੱਚ ਮਸ਼ਹੂਰ ਆ ਰੋਡੇ ਮਾਨ ਦੇ ਨਾਲ। ਠੀਕ ਹੈ ਬਾਈ, ਆਪਣੇ ਬੱਚੇ ਦਾਦੇ ਦਾ ਨਾਂ, ਦਾਦੀ ਦਾ ਕੀ ਨਾਂ ਗਾ? ਨਾਰ ਸਿੰਘ ਮਾਨ ਜੀ। ਨਾਰ ਸਿੰਘ ਮਾਨ, ਤੇ ਉਹਦੇ ਪੜਦਾਦੇ ਦਾ? ਸੰਤੋਖ ਸਿੰਘ ਮਾਨ। ਬਾਈ ਤੁਹਾਨੂੰ ਇੱਕ ਗੱਲ ਹੋਰ ਦੱਸ ਦਿੰਦਾ ਵੀ ਸਾਡੇ ਨਾ ਪਿੰਡਾਂ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਹੁੰਦੀ ਸੀ, ਕਹਿੰਦੇ ਵੀ ਸੰਤੋਖ ਮਾਨ ਕਹਿੰਦੇ ਜੀਰੀ ਲਾਤੀ ਵੀ ਇਦੂ ਬਾਅਦ ਕਿਹੜਾ ਰੋਕੂ ਚੱਕ ਦੋ ਫਟੇ। ਆ ਜਾਓ ਬਾਈ, ਚੱਕ ਦੋ ਕੇ ਕੱਟ ਦੋ ਕੇਕ। ਬਈ ਆਪਾਂ ਹੈਪੀ ਬਰਥਡੇ ਕਹੀਏ ਕਿ ਹੈਪੀ ਪੀ ਆਰ ਕਹੀਏ? ਠੀਕ ਹੈ। ਤੇ ਇੱਧਰ ਨਾ ਬਾਈ, ਮੈਂ ਤੁਹਾਨੂੰ ਇੱਕ ਸਾਡੇ ਬਾਈ ਨਾਲ ਗੱਲ ਕਰਾਉਣਾ, ਜੀਤ ਸਿੰਘ ਭੂਰੇ ਵਾਲੇ ਤੋਂ। ਮੈਂ ਫੁੱਫੜਾ ਬਾਈ ਮੁੰਡੇ ਦਾ। ਫੁੱਫੜਾ ਮੁੰਡਾ, ਆਏ ਹਾਏ। ਤੇ ਬਿਲਕੁਲ 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 ਬਾਈ, ਬਿਲਕੁਲ ਬਾਈ, ਇਹ ਮੁੰਡਾ ਹੈਗਾ, ਇਹ ਬਾਈ ਹੈਗਾ ਮੁੰਡੇ ਦਾ ਫੁੱਫੜ। ਹੋਰ ਬੋਲ ਬਾਈ, ਕੁਛ ਆਪਦੇ ਬੋਲ। ਬਹੁਤ ਖੁਸ਼ੀ ਹੋਈ, ਅਰੇ ਕੇਕ ਕੱਟਦਾ, ਬਾਕੀ ਖਾਣ ਪੀਣ ਦਾ ਤਾਂ ਦੇਖ, ਜਿਹੜਾ ਉਹਨੂੰ ਪੰਮੇ ਨੂੰ ਤਾਂ ਅਸੀਂ ਫੁੱਲ ਪਾਉਣੇ ਸੀ, ਉਹ ਤਾਂ ਪਾਏ ਸਾਡੇ ਨੂੰ ਬਾਈ ਵੀਰ ਨੂੰ। ਠੀਕ ਹੈ, ਕੀ ਆ ਸਾਡਾ ਮੁੰਡਾ ਪੀ ਆਰ ਹੋ ਗਿਆ, ਇੱਕ ਉਹਦਾ ਕੱਲ ਜਨਮ ਦਿਨ ਵੀ ਸੀ। ਉਹ ਗੱਲ ਤੇ ਖੁਸ਼ੀ ਵੀ ਉਸ ਦਿਨ ਹੀ ਪੀ ਆਰ ਹੋ ਗਿਆ ਹਨਾ, ਇੱਕ ਆ ਸਾਡਾ ਮੈਂਬਰ ਹੈ। ਠੀਕ ਹੈ, ਤੇ ਉਹ ਬਹੁਤ ਬਹੁਤ ਉਹਨੂੰ ਮੁਬਾਰਕਾਂ ਮੁੰਡੇ ਨੂੰ ਵੀ। ਬਿਲਕੁਲ ਬਾਈ,
बिलकुल भाई दोस्तो जिम्मे ना मुंडे दे फुफड़ ने गल दसी है भी कल ही ओदा जन्मदिन थी हना ते कल ही भाई पीआर होया मेनू ऐ दस भाई भी कोई कोई सुख सुखी दी जां कोई स्पेशल बाबा करे जां की करे दीगा ओ परमात्मा दी मेहर है जी सवा दो दादे दी मेहर आए हाय हाय सो भाई दोस्तों ठीक है आपां वीडियो एंड करन लगे आ ते बेनती है सब तो वध वीरां नू भी वीडियो नू वध तो वध शेयर जरूर कर दियो धन्यवाद भाई ਕਿਹੜੇ ਬਾਈ ਨਾਲ ਲਿਓ ਲੋ ਕੱਟੀ ਨੀ ਹੈ ਕੱਟੀ ਨੀ ਹੈਗੀ ਮੈਂ ਲਓ ਲੋ ਲੋ ਦੋਸਤੋ ਇੱਧਰ ਨਾ ਸਾਡੇ ਧਨੌਲੇ ਨਗਰ ਕੌਂਸਲ ਧਨੌਲਾ ਦੇ ਸਾਬਕਾ ਪ੍ਰਧਾਨ ਜੀ ਨੇ ਸੀਤਾ ਜੀ ਤੇ ਹਾਂਜੀ ਪ੍ਰਧਾਨ ਜੀ ਜਿੰਨਾ ਇੰਜੋਏ ਅਸੀਂ ਇੱਥੇ ਕਰ ਰਹੇ ਹਾਂ ਸਾਡਾ ਜਵਾਕ ਅੱਜ ਪੀਆਰ ਹੋਇਆ ਕੈਨੇਡਾ ਦੇ ਵਿੱਚ ਅਸੀਂ ਉਹਨਾਂ ਦੇ ਡੈਡੀ ਨੂੰ ਤੇ ਪੂਰੀ ਇੱਥੋਂ ਦੀ ਜਿਹੜੀ ਕਾਲਗੜ੍ਹ ਗੋਬਿੰਦਪੁਰ ਦੀ ਪੂਰੀ ਪੰਚਾਇਤ ਨੂੰ ਵਧਾਈਆਂ ਦਿੰਦੇ ਹਾਂ ਤੇ ਖੁਸ਼ੀ ਮਨਾ ਰਹੇ ਆਨੰਦ ਲੈ ਰਹੇ ਹਾਂ ਬਿਲਕੁਲ ਜੀ ਬਹੁਤ ਬਹੁਤ ਵਧਾਈਆਂ ਜੀ ਹਾਂ ਬਾਈ ਇੱਧਰ ਨਾ ਸਾਡੇ ਮੈਂਬਰ ਸਾਹਿਬ ਨਾਲ ਗੱਲ ਕਰਦੇ ਹਾਂ ਵੀ ਬਾਈ ਬਾਈ ਜੀ ਅਸੀਂ ਮੈਂਬਰ ਸਾਹਿਬ ਜੀ ਦੇ ਪੰਮਾ ਸਿੰਘ ਜੀ ਦੇ ਧੰਨਵਾਦ ਹਾਂ ਉਹਨਾਂ ਦਾ ਮੁੰਡਾ ਪੀ ਆਰ ਹੋਇਆ ਤੇ ਉਹਨਾਂ ਵੱਲੋਂ ਖੁਸ਼ੀਆਂ ਦੀ ਵਧਾਈ ਵਿੱਚ ਪਾਰਟੀ ਲੈਂਦੇ ਹਾਂ ਤੇ ਉਹਨਾਂ ਦਾ ਧੰਨਵਾਦ ਕਰਦੇ ਹਾਂ बिलकुल भाई बिलकुल भाई बिलकुल जी बिलकुल दोस्तों हुण ना मैं अपने जिहड़े साडे कोठियां दे सरपंच साहब ने भाई केवल जी ते केवल सिंह जवंदा सरपंच साहब तुसीं कहना चाहोगे जी भाई जी सारिआं तों पहिलां साडे भरा नूं पम्मे नूं मुबारकां बहुत बहुत इस कुछ जी वधिया इंजॉय करिआ सारे भरावां नूं खुशी वाली गल है बिलकुल भाई बहुत बहुत मेहरबानी भाई सारे वीरां दी है ना सो धन्यवाद भाई भाई बहुत बहुत अच्छा हां जी भाई केड़े पिंड दा सरपंच है आतरगढ़ भाई आतर सिंगल तो हां भाई तुसीं भी दसो जी साडे भरा दा अज बेटा पीआर होया सानू बहुत इहनूं परिवार नूं सारे नूं मुबारकां भाई सारे अपने दोस्त मित्र ने इहनां नूं भी मुबारकां नेगियां ठीक है जी असीं सारिआं दा धन्यवाद करदे भाई नहीं बहुत बहुत मेहरबानी भाई है ना कोई होर अपना भरा रह गया होवे दुआ दा भाई आपां नूं ਬਾਈ ਦਾ ਕੀ ਨਾਂ ਪੂਰਾ ਨਾਮ ਕੀ ਹੈ ਬਾਈ ਕਰਮਜੀਤ ਕਰਮਜੀਤ ਸਿੰਘ ਮਾਨ ਬਾਈ ਦਾ ਪੂਰਾ ਨਾਂ ਗਾ ਪਰ ਧਨੌਲੇ ਦੇ ਵਿੱਚ ਬਾਈ ਨੂੰ ਰੋਡਾ ਮਾਨ ਦੇ ਨਾਂ ਨਾਲ ਜਾਣਦੇ ਆ ਬਾਈ ਤੁਸੀਂ ਵੀ ਦੱਸੋ ਕੁਛ ਜੀ ਮੇਰਾ ਭਤੀਜ ਗੁਰਵੀਰ ਸਿੰਘ ਮਾਨ ਆ ਜੀ ਉਹ ਬਹੁਤ ਸ਼ਰਾਰਤੀ ਬੰਦਾ ਸੀ ਬਹੁਤ ਸ਼ਰਾਰਤੀ ਜੀ ਪਰ ਕਹਿੰਦੇ ਬਾਈ ਜਿੰਨਾਂ ਦਾ ਜਵਾਕ ਉਹਨੇ ਮਸ਼ੀਨਰੀ ਨੂੰ ਜਿਹੜੀ ਤੇ ਬਹਾ ਦਾਂਦੇ ਐ ਕਹਿੰਦਾ ਵੀ ਹਟ ਪਿੱਛੇ ਕਨੇਡਾ ਕੁੜੋ ਦਾ ਉਹਦੇ ਮੂਰੇ ਗੱਲ ਹੀ ਕੁਛ ਨਹੀਂ ਸੀ ਉਹਨੇ 2 ਸਾਲ ਦੇ ਵਿੱਚ ਉਹਨੇ ਕੰਮ ਕਰਕੇ ਪੀਆਰ ਲੈਣੀ ਕੋਈ ਖਾਲਾ ਜੀ ਦਾ ਵਾਲਾ ਨਹੀਂ ਬਿਲਕੁਲ ਬਾਈ ਪਰ ਬਾਈ ਇੱਕ ਗੱਲ ਕਹਿੰਦੇ ਆ ਹਨਾ ਕਹਿੰਦੇ ਵੀ ਜਿੰਨਾ ਜਵਾਕ ਸ਼ਰਾਰਤੀ ਹੁੰਦਾ ਨਾ ਉਹਨਾਂ ਉਹ ਇੰਟੈਲੀਜੈਂਟ ਹੁੰਦਾ ਬਾਕੀ ਮੈਂ ਸਾਡੇ ਬਾਈ ਪਿੱਛੇ ਆਈਪੀਐਲ ਤੋਂ ਈਸ਼ਰ ਸਿੰਘ ਜੀ ਖੜੇ ਨੇਗੇ ਇਹਨਾਂ ਦੇ 2-4 ਆਪਾਂ ਵਿਊ ਲੈਣਾ ਚਾਹਾਂਗੇ ਕਿਉਂ ਨਾ ਜਿਹੜਾ ਬਾਈ ਈਸਰ ਸਿੰਘ ਆ ਹਨਾ ਕਹਿੰਦੇ ਹਰੀਗੜ੍ਹ ਚ ਇਹ ਬਹੁਤ ਸ਼ਰਾਰਤੀ ਸੀ ਤੇ ਬਾਈ ਤੁਸੀਂ ਦੱਸੋ ਕੁਛ ਪਹਿਲਾਂ ਤਾਂ ਬਾਈ ਪੂਰੇ ਮਾਨ ਪਰਿਵਾਰ ਨੂੰ ਮੇਰੇ ਵੱਲੋਂ ਵਧਾਈਆਂ ਬਹੁਤ ਬਹੁਤ ਹਨਾ ਵੀ ਬੱਚਾ ਉਸੇ ਦਿਨ ਹੀ ਬੱਚੇ ਦਾ ਜਨਮ ਦਿਨ ਸੀਗਾ ਤੇ ਬਾਈ ਨਾਲ ਮੇਰੀ ਕੱਲ੍ਹ ਗੱਲ ਹੋਈ ਸੀ ਵਧਾਈਆਂ ਦਿੱਤੀਆਂ ਸੀਗੀਆਂ ਵੀ ਰਾਤ ਨੂੰ 11 ਵਜੇ ਮੈਸੇਜ ਆਇਆ ਸੀਗਾ ਏਦਾਂ ਹੀ ਜਿਹੜੇ ਵੀ ਬੱਚੇ ਬਾਹਰ ਗਏ ਹੋਏ ਨੇ ਉਦਣ ਹੀ ਉਹਨਾਂ ਦਾ ਜਨਮ ਦਿਨ ਹੋਏ ਤੇ ਉਦਣ ਹੀ ਉਹ ਪਿਆਰ ਹੋਣ ਪਰਮਾਤਮਾ ਅੱਗੇ ਬਿਲਕੁਲ ਬਾਈ ਸੋ ਬਾਈ ਬਹੁਤ ਬਹੁਤ ਧੰਨਵਾਦ ਬਾਈ ਸਾਰੇ ਵੀਰਾਂ ਦਾ ਹਨਾ ਤੇ ਬਾਈ ਮਿਹਰਬਾਨੀ ਸਾਰੇ ਵੀਰਾਂ ਦੀ ਬਹੁਤ ਬਹੁਤ ਧੰਨਵਾਦ ਬਾਈ ਥੈਂਕ ਯੂ ਸਾਰੇ ਵੀਰਾਂ ਨੂੰ ਬੇਨਤੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਬਾਈ।